ਇਹਨਾਂ ਤਸਵੀਰਾਂ ਨਾਲ ਤਾਂ ਤੁਸੀਂ ਦੇਖ ਹੀ ਲਿਆ ਜਿਸ ਦੇ ਵਿੱਚ ਰੌਲਾ ਪੈ ਰਿਹਾ ਹੈ ਉਸ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਸਵੀਰਾਂ ਨੂੰ ਧਿਆਨ ਨਾਲ ਦੇਖੋ, ਉਸ ਮਿੱਟੀ ਦੇ ਢੇਰ ਤੇ ਚੜ ਕੇ ਕੁਝ ਬੱਚੇ ਖੇਡ ਰਹੇ ਹੁੰਦੇ ਨੇ। ਇਹ ਬਾਲ ਦੇ ਨਾਲ ਖੇਡਦੇ ਖੇਡਦੇ ਬੱਚੇ, ਇਹਨਾਂ ਦੀ ਬਾਲ ਉਸ ਛੱਪੜ ਦੇ ਵਿੱਚ ਡਿੱਗ ਜਾਂਦੀ ਹੈ, ਜਿਸ ਤੋਂ ਬਾਅਦ ਇੱਕ 10 ਸਾਲਾਂ ਦਾ ਮੁੰਡਾ ਬਾਲ ਕੱਢਣ ਦੇ ਲਈ ਛੱਪੜ ਦੇ ਨੇੜੇ ਜਾਂਦਾ ਹੈ ਤਾਂ ਉਸਦਾ ਪੈਰ ਤਿਲਕ ਜਾਂਦਾ ਹੈ, ਜਿਸ ਕਰਕੇ ਉਹ ਛੱਪੜ ਦੇ ਵਿੱਚ ਡਿੱਗ ਪਿਆ। ਬਾਅਦ ਦੇ ਵਿੱਚ ਉਸਦੇ ਸਾਥੀ ਬੱਚਿਆਂ ਨੇ ਰੌਲਾ ਪਾਇਆ, ਪਿੰਡ ਵਾਲਿਆਂ ਨੂੰ ਇਕੱਠੇ ਹੋਣ ਦੇ ਵਿੱਚ ਨੇੜੇ ਆਉਣ ਦੇ ਵਿੱਚ ਦੇਰ ਹੋ ਗਈ, ਜਿਸ ਤੋਂ ਬਾਅਦ ਮੁੰਡਾ ਇਸ ਛੱਪੜ ਦੇ ਵਿੱਚ ਹੀ ਡੁੱਬ ਪਿਆ। ਤਾਂ ਦੱਸ ਦਈਏ ਕਿ ਫਿਰੋਜ਼ਪੁਰ ਦੇ ਪਿੰਡ ਛਿੰਬਾ ਹਾਜੀ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ 10 ਸਾਲਾਂ ਦੀ ਬੱਚੇ ਦੀ ਛੱਪੜ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮੌਕੇ 'ਤੇ CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਘਰ ਦੇ ਅੱਗੇ ਇੱਕ ਛੱਪੜ ਪੁੱਟਿਆ ਹੋਇਆ ਹੈ, ਜਿਸ ਦੇ ਵਿੱਚ ਪੂਰੇ ਪਿੰਡ ਦਾ ਪਾਣੀ ਆ ਕੇ, ਮੀਂਹ ਦਾ ਪਾਣੀ ਆ ਕੇ ਇਕੱਠਾ ਹੁੰਦਾ ਹੈ, ਜਿਸ ਨੂੰ ਇਹ ਲੋਕ ਇਸਤੇਮਾਲ ਵੀ ਕਰਦੇ ਨੇ। ਤਾਂ ਉਸਦੇ ਲਾਗੇ ਕੁਝ ਬੱਚੇ ਖੇਡ ਰਹੇ ਸੀ ਅਤੇ ਉਹਨਾਂ ਦੇ ਵਿੱਚੋਂ 10 ਸਾਲਾਂ ਦਾ ਵੀਸ਼ੂ, ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ, ਇਹ ਵੀ ਗੇਂਦ ਚੁੱਕਣ ਦੇ ਲਈ ਛੱਪੜ ਦੇ ਨੇੜੇ ਗਿਆ ਅਤੇ ਉਸਦਾ ਪੈਰ ਤਿਲਕ ਗਿਆ, ਜਿਸ ਕਰਕੇ ਉਸਦੀ ਮੌਤ ਹੋ ਗਈ, ਉਹ ਛੱਪੜ ਦੇ ਵਿੱਚ ਡਿੱਗ ਪਿਆ। ਤਾਂ ਦੱਸ ਦਈਏ ਕਿ ਬੜੀ ਕੋਸ਼ਿਸ਼ਾਂ ਕੀਤੀਆਂ ਪਿੰਡ ਵਾਲਿਆਂ ਨੇ ਉਸਨੂੰ ਬਾਹਰ ਕੱਢਣ ਦੀਆਂ, ਉਸਦੇ ਸਾਥੀ ਬੱਚਿਆਂ ਨੇ ਵੀ ਸੋਟੀਆਂ ਸੁੱਟੀਆਂ, ਬਿੱਲੇ ਦੇ ਨਾਲ ਉਹਨੂੰ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਬੱਚੇ ਨੂੰ ਬਚਾ ਨਹੀਂ ਸਕੇ। ਤਾਂ ਦੱਸ ਦਈਏ ਕਿ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਟੋਇਆ ਪਿਛਲੇ 1.5 ਮਹੀਨੇ ਤੋਂ ਪੁੱਟਿਆ ਹੋਇਆ ਹੈ, ਜਿਸ ਨੂੰ ਬੰਦ ਕਰਨ ਦੇ ਲਈ ਇੱਕ ਵਾਰ ਪੰਚਾਇਤ ਵੀ ਬਿਠਾ ਦਿੱਤੀ ਗਈ ਹੈ, ਫਿਰ ਵੀ ਇਹ ਟੋਇਆ ਬੰਦ ਹੋਣ 'ਤੇ ਨਹੀਂ ਆ ਰਿਹਾ। ਆਓ ਪਿੰਡ ਵਾਲਿਆਂ ਦਾ ਇਸ ਉੱਪਰ ਕੀ ਕਹਿਣਾ ਹੈ, ਕਿਸ ਤਰ੍ਹਾਂ ਦੇ ਵੱਲੋਂ ਉਸ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਜਾਣਦੇ। ਮੇਰਾ ਨਾਮ ਪਰਮਜੀਤ ਹੈ। ਬੇਟਾ ਹੈ ਮੇਰਾ। ਕਿੰਨੀਆਂ ਭੈਣਾਂ? ਕੱਲੀ ਆ ਮੈਂ। ਇਹਨਾਂ ਦੇ ਬੱਚੇ ਦੀ ਕਿੰਨੀਆਂ ਭੈਣਾਂ? ਕੱਲੀ ਇੱਕ, ਕੱਲੀ ਭੈਣ ਤੇ ਦੋ ਭਰਾ ਨੇ। ਦੋ ਭਰਾ ਨੇ? ਹਾਂਜੀ। ਇਹ ਵੱਡਾ ਸੀਗਾ? ਇਹ ਵੱਡਾ ਸੀਗਾ। ਕੀ ਕਰਦਾ ਪਿਆ ਸੀ? ਇਹ ਖੇਡਦੇ ਪਏ ਸੀਗੇ ਬੱਚੇ, ਤਾਂ ਬਾਲ ਡਿੱਗ ਗਈ ਵਿੱਚ, ਤਾਂ ਫੜਨ ਗਿਆ, ਪੈਰ ਫਿਸਲ ਗਿਆ, ਡਿੱਗ ਗਿਆ ਵਿੱਚ। ਇੱਥੇ ਟੋਏ 'ਚ ਡਿੱਗਾ ਏ। ਹਾਂਜੀ, ਛੱਪੜ 'ਚ। ਹਾਂਜੀ, ਉੱਥੇ ਤੁਹਾਨੂੰ ਪਤਾ ਲੱਗਿਆ? ਬਾਅਦ ਦੇਖ ਗਈ, ਬਾਅਦ 'ਚ ਕੱਢਦਿਆ ਸਾਰੀ ਉਹਦੀ ਡੈਥ ਹੋ ਗਈ ਏ। ਕਾਰਵਾਈ, ਮੇਰਾ ਟੋਇਆ ਸਾਹਮਣੇ ਚੱਕਿਆ ਜਾਵੇ ਇੱਥੋਂ। ਇੱਥੇ ਟੋਇਆ ਨਹੀਂ ਰਹਿਣਾ ਚਾਹੀਦਾ, ਇੱਥੇ ਟੋਇਆ ਨਹੀਂ ਰਹਿਣਾ ਚਾਹੀਦਾ, ਇੱਥੋਂ ਟੋਇਆ ਚੱਕਿਆ ਜਾਵੇ। ਮੇਰੇ ਬੱਚੇ ਦੀ ਇੱਥੇ ਮੌਤ ਹੋਈ ਏ, ਇੱਥੇ ਟੋਇਆ ਨਹੀਂ ਰਹਿਣਾ ਚਾਹੀਦਾ। ਖੱਡੇ ਬਣਾ ਦੇ, ਛੱਪੜ ਬੰਨਦਾ ਹੀ ਨਹੀਂ, ਪੂਰੇ ਛੱਪੜ ਚਾਹੀਦਾ ਏ। ਪੰਚਾਇਤ ਪਾਲੀ ਵਿੱਚ ਛੱਪੜ ਜਾਵੇ। ਡੈਥ ਹੋਈ ਵੀ ਐਵੇਂ ਬੱਚੇ ਖੇਡਦੇ ਫਿਰਦੇ ਤੇ ਸਾਰਿਆਂ ਦੇ ਬੱਚੇ ਅੰਦਰ ਆ ਗਏ, ਤੇ ਇਹ 2-3 ਜਣੇ ਸੀ, ਇਹ ਗੇਂਦ ਖੇਡਦੇ ਖੇਡਦੇ ਉਧਰ ਭੱਜ ਗਏ। ਪਹਿਲਾਂ ਕੋਠਿਆ ਤੋਂ ਅਸੀਂ ਵਿਤਾਰੇ ਕੋਠੇ ਤੇ ਸੀ, ਮੇਰੇ ਪੋਤਰੇ ਵੀ ਸੀ, ਇਹ ਵੀ ਸੀ, ਤੇ ਉਹ ਵਹੁਟੀਆਂ ਦੀ ਮੈਂ ਪੜਾਣਾ, ਮੰਮੀ ਇਹਨਾਂ ਨੂੰ ਲਿਆ ਉਤਾਰ ਕੇ। ਮੈਂ ਤਾਂ ਉਹਨਾਂ ਨੂੰ ਅੰਦਰ ਪਾ ਕੇ ਕੁੰਡਾ ਨਾ ਆਈ, ਉਹਨੂੰ ਆਵਾਜ਼ ਦਿੱਤੀ, ਕਹਿੰਦੀ ਤਾਈ ਇਹ ਉਤਰਦੇ ਨਹੀਂ ਪਏ। ਮੈਂ ਆਵਾਜ਼ ਦਿੱਤੀ ਵੀ ਛੁਰੀ ਨਹੀਂ ਆਉਂਦੇ, ਇਹਨਾਂ ਨੂੰ ਲੈ ਜਾਓ। ਨਿੱਕਾ ਆ ਗਿਆ, ਇਹ 2-3 ਜਣੇ ਉੱਤੇ ਹੀ ਰਹੇ, ਅਸੀਂ ਗੇਟ ਲਾ ਲਿਆ। ਇਹਨਾਂ ਵੀ ਇਹ ਮੁੰਡਾ ਵੱਡਾ, ਇਹਨਾਂ ਦਾ ਚਾਹ ਪੀਣ ਲੱਗ ਪਿਆ ਬੱਚੇ ਸਾਰੇ, ਤੇ ਉਹ ਨਿੱਕਾ ਵੀ, ਇਹ 3-4 ਜਣੇ। ਸਾਨੂੰ ਪਤਾ ਨਹੀਂ ਲੱਗਾ ਵੀ ਕਦੋਂ ਇਹ ਪਰਾਂ ਭਾਰ ਚ ਗਏ, ਤੇ ਗੇਂਦ ਲੰਘਾਇਆ ਚਾਹੀ, ਬਸ ਗੇਂਦ ਫੜਦਾ ਇੱਥੇ ਜਾ ਪਿਆ। ਤੇ ਕਿਸੇ ਨੇ, ਸਾਨੂੰ ਪਤਾ ਹੀ ਨਹੀਂ, ਸਿਆਣਿਆਂ ਨੂੰ ਬੱਚੇ ਹੈਗੇ ਸੀ ਜਿਵੇਂ ਦੇ ਨਾਲ ਦੇ, ਉਹ ਕੋਈ ਸੋਟੀ ਫੜਾਵੇ, ਕੋਈ ਰੱਸੀ ਸੱਟੇ, ਕੋਈ ਝਾੜੂ ਸੱਟੇ, ਇਹਨੂੰ ਹੱਥ ਪਾ, ਤੇ ਇਹਨੂੰ ਖਿੱਚਣੇ ਹੱਥ ਪਾ। ਹੁਣ ਬੱਚਿਆਂ ਨੂੰ ਬੱਚਾ ਕਿਵੇਂ ਖਿੱਚ ਸਕਦਾ? ਫਿਰ ਰੌਲਾ ਪਾਇਆ ਸਾਰਾ ਪਿੰਡ ਇਕੱਠਾ, ਕੁੰਡੀਆਂ ਨਾਲ ਬੱਚਾ ਕੱਢਿਆ, ਕੁੰਡੀ ਨਾੜਿਆ, ਪੌੜੀਆਂ ਸੱਟੀਆਂ। ਇਹਨੇ ਵੀ ਛਾਲ ਮਾਰੀ, ਮੇਰਾ ਜੇਠ ਹੋਰ ਵੱਡਾ, ਉਹ ਪੂਰੇ ਹੋ ਗਏ ਨੇ, ਉਹਨਾਂ ਦੇ ਪੋਤਰੇ ਨੇ ਵੀ ਛਾਲ ਮਾਰੀ। ਹਾਂ, ਉਹ ਵੀ ਏਡਾ ਹੀ ਹੈ, ਮੇਰਾ ਪੋਤਰਾ ਇੱਥੇ ਕਿਤੇ ਹੋਵੇਗਾ, ਉਹ ਵੀ ਡੁੱਬ ਗਿਆ।
ਉਹ ਵੀ ਡੁੱਬ ਗਿਆ। ਫਿਰ ਅਸੀਂ ਉਹਨੂੰ ਵੀ ਆਖਿਆ ਵੀ ਇਹਨੂੰ ਬਚਾ ਦੇ ਬਚਾ ਦੇ, ਤੁਸੀਂ ਵੀ ਜਿਮੀਦਾਰਾਂ ਦਾ ਮੁੰਡਾ 6 ਫੁੱਟ ਕੱਦ ਦੇ ਹੁੰਦਾ, ਉਹ ਵਿੱਚ ਵੜਿਆ, ਉਹ ਵੀ ਥੱਲੇ ਆਉਂਦਾ ਮੇਰੇ ਪੈਰ ਨਹੀਂ ਲੱਗਦੇ ਵੀ ਮੇਥੋਂ ਨਹੀਂ ਨਿਕਲਣਾ, ਮੈਂ ਉੱਤੇ ਰੌਲਾ ਪਾਵਾਂ, ਟੋਬੇ ਬੁਲਾਓ, ਕਿਸੇ ਤਾਰੂ ਬੰਦੇ ਨੂੰ ਬੁਲਾਓ। ਉਹ ਮੁੰਡੇ ਨੇ ਮੁੜ ਕੇ ਜਿਮੀਦਾਰਾਂ ਸਾਡਾ ਗੁਆਂਢੀ, ਉਹਨਾਂ ਨੇ ਫਿਰ ਪੌੜੀਆਂ ਲਿਆਂਦੀਆਂ, ਕੁੰਡੀ ਲਿਆਂਦੀ, ਰੱਸੇ ਨਾਲ ਬੱਧੀ, ਫਿਰ ਉਹ ਜਾ ਕੇ ਮੁੰਡੇ ਨੂੰ ਪਈ ਟੀ ਸ਼ਰਟਾਂ 3-4 ਪਾਈਆਂ ਨੇ, ਉਹ ਕੁੰਡੀ ਪਾਈ ਮੂਧਾ ਜਿਵੇਂ ਪਿਆ ਉਵੇਂ ਕੁੰਡੀ ਪਾਈ ਤੇ ਉਵੇਂ ਹੀ ਖਿੱਚ ਲਿਆ। ਇਹ ਸਾਡੇ ਨਾਲ ਧੱਕਾ ਹੈ, ਅੱਜ ਦਾ ਨੀ ਟੋਇਆ ਤਾਂ ਦੂਰੀ ਵਾਰ ਖੱਡਿਆ ਗਿਆ। ਜਦੋਂ ਪਹਿਲੋਂ ਵੀ ਹੈਗਾ ਸੀ ਨਾ ਟੋਇਆ, ਅਸੀਂ ਉਹ ਤੋਂ ਵੀ ਬੜਾ ਰੌਲਾ ਪਾਇਆ ਵੀ ਸਾਡੇ ਬੂਹੇ ਕੇ ਟੋਇਆ ਨੀ ਬਣਨਾ ਚਾਹੀਦਾ। ਪੰਚਾਇਤ ਦੀ ਪੈੜੀ ਪਿੰਡ 'ਚ ਬਹੁਤ ਪਈ, ਬਹੁਤ ਪਈ, ਇਹ ਟੋਏ ਜੋਗੀ ਕਿਤੇ ਪੰਚਾਇਤ ਦੀ ਪੈੜੀ 'ਚ ਬਣਾ ਦਿਓ। ਇਹਨੇ ਵੱਟਾ ਸੌਦਾ ਕਰਕੇ ਜ਼ਿਮੀਂਦਾਰ ਨੇ ਸਾਡੇ ਨਾਲ ਅੱਗੇ ਵੀ ਧੱਕਾ ਕੀਤਾ, ਹੁਣ ਵੀ ਧੱਕਾ ਕੀਤਾ। ਫਿਰ ਅਸੀਂ ਸਰਪੰਚ ਨੂੰ ਇਹ ਗੱਲ ਆਖੀ ਜੇ ਤੁਸੀਂ ਘੜਾ ਰਹੇ ਨਾ ਤਾਂ ਮੈਂ ਨਾਲ ਦੀ ਨਾਲ ਚਾਰ ਦੀਵਾਰੀ ਕਰ ਦਿਓ। 10 ਸਾਲ ਦੀ ਉਮਰ ਸੀ ਜੀ ਉਹਦੀ, ਮੈਨੂੰ ਬੱਚਿਆਂ ਨੇ ਆਣ ਕੇ ਕਿਹਾ ਵੀ ਵਿਸ਼ੂ, ਮੈਨੂੰ ਆਣ ਕੇ ਕਿਹਾ ਵੀ ਡੈਡੀ ਵੀ ਵਿਸ਼ੂ ਡੁੱਬ ਗਿਆ। ਮੈਂ ਕੋਈ ਲੀੜਾ ਨੇ ਲਾਇਆ, ਕੋਈ ਲੱਤਾਂ ਨੇ ਲਾਇਆ, ਮੈਂ ਉੱਥੋਂ ਛਾਲ ਮਾਰੀ ਹੈ, ਉੱਥੋਂ ਛਾਲ ਮਾਰ ਕੇ ਸਿੱਧੀ ਮੈਂ ਟੋਏ 'ਚ ਛਾਲ ਮਾਰੀ ਹੈ ਅਤੇ ਮੈਨੂੰ ਨਹੀਂ ਲੱਭਾ। ਮੈਂ 10-15 ਮਿੰਟ ਮੈਂ ਵੀ ਇਹਦੇ ਵਿੱਚ ਲੱਭਦਾ ਰਿਹਾ, ਮੈਨੂੰ ਨਹੀਂ ਲੱਭਾ। ਕਿੰਨਾ ਕੁ ਡੂੰਘਾ ਹੈ ਟੋਇਆ? ਇਹ ਘੱਟ ਤੋਂ ਘੱਟ ਵੀ 20-25 ਫੁੱਟ ਡੂੰਘਾ ਹੈ ਇਹ ਟੋਇਆ ਜੀ। ਇਹ ਹੈ ਜੀ ਛੱਪੜ ਬਣ ਰਿਹਾ? ਹਾਂਜੀ ਛੱਪੜ ਹੈ ਜੀ, ਨਾ ਕੋਈ ਦੀ ਚਾਰਦੀਵਾਰੀ ਹੈ ਕੀਤੀ ਗਈ, ਨਾ ਕੁਛ ਕੀਤਾ ਗਿਆ, ਓਪਨ ਹੀ ਪਿਆ ਜੀ। ਲੱਭਣ ਵਾਲਿਆਂ ਨੂੰ ਵੀ ਅਸੀਂ ਪੌੜੀਆਂ ਨਾਲ ਕੱਢਿਆ ਬਾਹਰ? ਬਿਲਕੁਲ ਜੀ, ਮੇਰੇ ਘਰ ਦੇ ਸਾਹਮਣੇ ਸਾਡੇ ਜੀ, ਜੇ ਅੱਜ ਤਾਂ ਸਾਡੇ ਨਾਲ ਬਣੀ, ਕੱਲ ਨੂੰ ਕਿਸੇ ਹੋਰ ਨਾਲ ਵੀ ਬਣ ਸਕਦੀ ਹੈ। ਬੱਚਾ ਜੀ ਇੱਥੇ ਗਾਵਾਂ ਵੀ ਡਿੱਗੀਆਂ ਬਹੁਤ, ਕਿਤੇ ਖੇਡ ਰਿਹਾ ਸੀ ਬੱਚੇ ਖੇਡ ਰਹੇ ਸੀ, ਬੋਲ ਆ ਗਈ ਸੀ ਤੇ ਫੜਨ ਗਿਆ ਤੇ ਪੈਰ ਤਿਲਕ ਗਿਆ ਜੀ ਤੇ ਡਿੱਗ ਪਿਆ ਜੀ, ਮੌਤ ਹੋ ਗਈ ਆ। ਮੈਂ 10-15 ਮਿੰਟ ਤਾਂ ਮੈਂ ਵਿੱਚ ਲੱਭਦਾ ਰਿਹਾ, ਮੈਨੂੰ ਨਹੀਂ ਲੱਭਾ। ਫਿਰ ਅਸੀਂ ਵਾਹਵਾ ਜਣੇ ਆਏ ਪਿੰਡ ਦੇ, ਅਸੀਂ ਕੁਛ ਲਿਆਂਦਾ, ਕਿਸੇ ਨੇ ਕਿਵੇਂ ਡੁੱਬ ਡੁੱਬ ਕੇ ਅਸੀਂ ਕੁੰਡੀਆਂ ਪਾ ਕੇ ਫਿਰ ਕੱਢਿਆ ਜੀ। ਉਹਦੀ ਟੀ ਸ਼ਰਟ ਨੂੰ ਕੁੰਡੀ ਪਈ ਹੈ ਜੀ ਤੇ ਤਾਂ ਕਰਕੇ ਬੱਚਾ ਸਾਨੂੰ ਲੱਭ ਗਿਆ ਤੇ ਉਹਨੇ ਚਿਕਰ ਨੂੰ ਇਹਦੀ ਮੌਤ ਹੋ ਚੁੱਕੀ ਸੀ। ਇਹ ਜੀ ਆਪਣਾ ਛੱਪੜ ਬਿਲਕੁਲ ਘਰ ਦੇ ਬਿਲਕੁਲ ਸਾਹਮਣੇ ਆ ਜੀ, ਇਹ ਓਪਨ ਪਿਆ ਹੋਇਆ ਜੀ। ਇਹਦੇ ਵਿੱਚ 10 ਸਾਲ ਦਾ ਬੱਚਾ ਮੇਰਾ ਭਤੀਜਾ ਜਿਹੜਾ ਵਿੱਚ ਡਿੱਗ ਕੇ ਉਹਦੀ ਡੈਥ ਹੋ ਚੁੱਕੀ ਹੈ ਜੀ, ਤੇ ਇਹਦਾ ਮਤਲਬ ਦੇਖੋ ਸਾਰੇ ਪਾਸੋਂ ਓਪਨ ਆ ਜੀ। ਇਹਦਾ ਸਾਨੂੰ ਇਨਸਾਫ ਚਾਹੀਦਾ, ਇਹ ਗਾਂ ਤੋਂ ਵੀ ਕੋਈ ਨੁਕਸਾਨ ਨਾ ਹੋਵੇ। ਬੱਚਾ ਕਿੱਧਰ ਕਰਨਾ? ਬੱਚਾ ਜੀ ਖੇਡ ਰਹੇ ਸੀ, ਬੱਚੇ ਬਾਲ ਡਿੱਗੀ, ਇੱਧਰ ਬੱਚਾ ਲੈਣ ਆਇਆ ਸੀਗਾ ਉਹ, ਔਰ ਤੁਸੀਂ ਆਪ ਹੀ ਦੇਖ ਲਓ। ਚਲੋ ਬੱਚੇ ਜੇ ਅੱਗੇ ਕੋਈ ਓਪਨ ਜਗ੍ਹਾ ਹੋਏਗੀ ਤੇ ਬੱਚਾ ਉੱਥੇ ਖੇਡੇਗਾ। ਚਲੋ ਬੱਚੇ ਗਲੀ ਦੇ ਵਿੱਚ ਖੇਡ ਰਹੇ ਸੀਗੇ, ਉਹ ਬੋਲ ਆ ਗਈ ਇੱਧਰ, ਬੱਚਾ ਇੱਧਰੋਂ ਬੋਲ ਲੈਣ ਆਇਆ ਔਰ ਉਹਦਾ ਪੈਰ ਤਿਲਕਿਆ ਉਹ ਵਿੱਚ ਜਾ ਪਿਆ। ਉਹਨੂੰ ਕੱਢਣ ਦੀ ਕੋਸ਼ਿਸ਼ ਬਹੁਤ ਕੀਤੀ ਤੇ ਪਰ ਉਹ ਬੱਚਾ ਉਹਨੇ ਨੂੰ ਥੱਲੇ ਜਾ ਚੁੱਕਿਆ ਸੀ। ਇਹ ਘੱਟੋ ਘੱਟ 20-25 ਫੁੱਟ ਥੱਲੇ, ਹੋਰ ਨੀਵਾਂ, ਜਿੰਨੇ ਨੀਵੇਂ ਆਪਾਂ ਖੜੇ ਇਸ ਤੋਂ ਵੀ ਥੱਲੇ ਹੋਰ ਨੀਵਾਂ ਹੈ। ਖੁੱਲਾ ਪਿਆ? ਬਿਲਕੁਲ ਖੁੱਲਾ ਪਿਆ ਜੀ, ਬਿਲਕੁਲ ਓਪਨ, ਕੁਛ ਨਹੀਂ ਜੀ ਹੈਗਾ ਜੀ, ਕੋਈ ਚਾਰਦੀਵਾਰੀ ਨਹੀਂ, ਕੋਈ ਕੁਛ ਨਹੀਂ ਹੈਗਾ, ਬਿਲਕੁਲ ਓਪਨ ਪਿਆ। ਇਹਦਾ ਸਾਨੂੰ ਇਨਸਾਫ ਚਾਹੀਦਾ ਕਿਉਂਕਿ ਕੱਲ ਨੂੰ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ, ਅਸੀਂ ਇਹ ਮੰਗ ਕਰਦੇ ਹਾਂ ਤੁਹਾਡੇ। ਕਿੰਨੇ ਦੇਰ ਤੱਕ ਬੱਚਾ ਵਿੱਚ ਪਿਆ ਰਿਹਾ? ਬੱਚਾ ਜੀ ਘੱਟੋ ਘੱਟ 10-15 ਮਿੰਟ ਪਿਆ ਰਿਹਾ ਅੰਦਰ ਤੇ ਬਹੁਤ ਕੋਸ਼ਿਸ਼ ਕੀਤੀ, ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਬੱਚੇ ਨੂੰ ਅਸੀਂ ਵਿੱਚੋਂ ਲੱਭਿਆ, ਫਿਰ ਉਹਨੂੰ ਕੱਢਿਆ। ਉਹ ਉਨੀ ਦੇਰ ਨੂੰ ਉਹਦੀ ਡੈਥ ਹੋ ਚੁੱਕੀ ਸੀ ਬੱਚੇ ਦੀ, ਬਹੁਤ ਜ਼ਿਆਦਾ। ਇਹ ਪੰਚਾਇਤ ਦੀ ਕਮੀ ਹੈ ਜੀ, ਜੇ ਇਸ ਨੂੰ ਛੱਪੜ ਨੂੰ ਬਣਾਇਆ ਗਿਆ ਸੀ, ਇਹਨੂੰ ਘਰ ਤੋਂ ਬੜੇ ਦੂਰ ਬਣਾਉਂਦੇ, ਜਿਹੜੀ ਪੰਚਾਇਤੀ ਜਗ੍ਹਾ ਉੱਥੇ ਬਣਾਉਣ, ਇਹਨੂੰ ਬਿਲਕੁਲ ਘਰਾਂ ਦੇ ਬਿਲਕੁਲ ਸਾਹਮਣੇ ਇਹ ਚੀਜ਼
ਕਿਸੇ ਵੀ ਪਿੰਡ ਦੇ ਵਿੱਚ ਵੇਖ ਲਓ ਇਹ ਚੀਜ਼ ਨਹੀਂ ਹੈਗੀ, ਉਹ ਸਾਈਡ ਤੇ ਆ। ਚਾਰ ਦੀਵਾਰੀ ਵੀ ਨਹੀਂ ਕੀਤੀ? ਕੁਛ ਨਹੀਂ ਕੀਤਾ ਜੀ, ਕੁਛ ਨਹੀਂ ਕੀਤਾ। ਲਗਾਇਆ ਸੀਗਾ ਅੰਦਰ ਤੇ ਕੋਈ ਮਤਲਬ ਕੰਮ ਚੱਲ ਰਿਹਾ ਜਾਂ ਕਿਸੇ ਤਰ੍ਹਾਂ? ਕੁਛ ਨਹੀਂ ਜੀ, ਕੁਛ ਨਹੀਂ। ਜੇ ਹੁਣ ਅਸੀਂ ਜਿਹੜਾ ਇਹਨਾਂ ਦੇ ਪਿੰਡ ਦਾ ਸਰਪੰਚ ਏ ਉਹਨੂੰ ਵੀ ਉਹਦੇ ਨਾਲ ਗੱਲ ਹੋਈ, ਉਹ ਕਹਿੰਦਾ ਜੀ ਇਹ ਅਜੇ ਪੈਸੇ ਨਹੀਂ ਆਏ ਪੰਚਾਇਤ ਵੱਲੋਂ, ਜੇ ਪੈਸਾ ਆਏਗਾ ਸਰਕਾਰ ਵੱਲੋਂ ਤੇ ਅਸੀਂ ਇਹਦਾ ਕੰਮ ਕਰਾਵਾਂਗੇ। ਜੇ ਅੱਜ ਇਸ ਬੱਚੇ ਨੇ ਕੱਲ ਨੂੰ ਕਿਸੇ ਹੋਰ ਬੱਚੇ ਨਾਲ ਹੋ ਜਾਏਗਾ ਫਿਰ ਦੱਸੋ ਕੌਣ ਇਹਦਾ ਜ਼ਿੰਮੇਵਾਰ ਹੈ ਜੀ? ਕੀ ਮੰਗ ਪ੍ਰਸ਼ਾਸਨ? ਸਾਡੀ ਮੰਗ ਇਹੀ ਹੈ ਵੀ ਸਾਨੂੰ ਇਨਸਾਫ ਚਾਹੀਦਾ, ਕੱਲ ਤੋਂ ਕਿਸੇ ਹੋਰ ਦਾ ਨੁਕਸਾਨ ਵੀ ਨਾ ਹੋਵੇ, ਜੋ ਸਾਡੇ ਨਾਲ ਹੋ ਗਈ ਇਹ ਕਿਸੇ ਹੋਰ ਨਾਲ ਨਾ ਹੋਵੇ। ਪਿੱਛੇ ਕਈ ਘਟਨਾ ਆਈਆਂ ਸੀ ਜਿਹੜੇ ਬੋਰਵੈਲ ਖੁੱਲੇ, ਹਾਈ ਕੋਰਟ ਨੇ ਵੀ ਅਦਾਲਤਾਂ ਦਿੱਤੀਆਂ ਹੈਗੀਆਂ। ਹਾਂਜੀ, ਇਹ ਬਸ ਟੀਚਰ ਹੀ ਸਮਝਦੇ ਪਏ ਨੇ ਜੀ। ਆਹ ਦੇਖ ਲਓ ਤੁਸੀਂ ਕਿੰਨੇ ਨੁਕਸਾਨ ਹੋ ਰਹੇ ਨੇ, ਪਰ ਪ੍ਰਸ਼ਾਸਨ ਦੀ ਕੋਈ ਦੇਖ ਚ ਨਹੀਂ ਹੈਗਾ, ਪ੍ਰਸ਼ਾਸਨ ਧਿਆਨ ਹੀ ਨਹੀਂ ਦੇ ਰਿਹਾ ਜੀ। ਕੱਟਾ ਦੂਰ ਜਾਣਾ ਚਾਹੀਦਾ, ਮੇਰੇ ਪੋਤਰਾ ਸੀਗਾ। ਹਾਂ ਚੱਪੜ ਖੁੱਲਾ ਇੱਥੇ, ਚੱਪੜ ਨਹੀਂ ਮੰਨਾ, ਅੱਜ ਸਾਡੇ ਨਾਲ ਹੋਈ ਬੱਚਾ ਹੋਰ ਨਾਲ ਵੀ ਹੋਵੇ ਇਹਦੀ, ਅਸੀਂ ਇੱਥੇ ਚੱਪੜ ਨਹੀਂ ਰਹਿਣ ਦੇਣਾ। ਮੇਰਾ ਪੋਤਰਾ ਸੀਦਾ, ਮੇਰਾ ਪੁੱਤਰ ਰੋਂਦਾ, ਮੇਰੀ ਨੂੰਹ ਰੋਂਦੀ ਗੀ। ਹਾਂ ਅਸੀਂ ਕਿਉਂ ਇੱਥੇ ਚੱਪੜ ਦਾ, ਸਾਡੇ ਬੂਹੇ ਅੱਗੇ ਸੱਲ ਹੋ ਗਿਆ, ਸਾਨੂੰ ਦੁੱਖ ਬੜਾ ਹੋ ਗਿਆ ਚੱਪੜ ਦਾ। ਹਾਂ ਇਹ ਪਿੰਡ ਦੀ ਪੰਚਾਇਤ ਦੇ ਵਿੱਚ ਚੱਪੜ ਜਾਣਾ ਚਾਹੀਦਾ। ਹਾਂ ਖੇਡਦੇ ਖੇਡਦੇ ਡਿੱਗੇ ਨੇ ਬੱਚੇ, ਖੇਡਦੇ ਸੀਦੇ ਬੱਚੇ, ਖੇਡਣ ਲਈ ਥਾਂ ਨਹੀਂ ਹੈਗੀ, ਗਲੀ ਵਿੱਚ ਮਿੱਟੀ ਦੇ ਢੇਰ ਲੱਗੇ ਪੈਣ, ਬੱਚੇ ਕਿੱਥੇ ਖੇਡਣ। ਹਾਂ ਖੇਡਦਾ ਖੇਡਦਾ ਫਿਸਲ ਗਿਆ ਬੱਚਾ। ਹਾਂ ਮੇਰਾ ਨਾਮ ਜਗਦੀਸ਼, ਹਾਜੀ ਸੀ ਮੇਰਾ ਜੀ। ਹਾਂਜੀ 10 ਸਾਲ ਦੀ ਉਮਰ ਸੀ। ਚੌਥੀ ਕਲਾਸ ਚ ਪੜ੍ਹਦਾ ਸੀ। ਹਾਂਜੀ ਲੋਕਡਾਊਨ ਕਰਕੇ ਮਿਸ ਹੋ ਗਈਆਂ, ਬਾਕੀ ਚੌਥੀ ਚ ਪੜ੍ਹਦਾ ਸੀ। ਹਾਂਜੀ ਖੇਡਦਾ ਪਿਆ ਸੀ, ਖੇਡਦਾ ਖੇਡਦਾ ਬਾਲ ਫੜਨ ਲੱਗ ਪਏ, ਡਿੱਗ ਪਿਆ ਜੀ। ਮੇਰੀ ਤੇ ਇਹੀ ਮੰਗ ਹੈ ਜੀ, ਮੇਰੇ ਬੇਟੇ ਦੀ ਡੈਥ ਹੋਈ ਹੈ ਛੱਪੜ, ਹੋਰ ਕਿਸੇ ਦੀ ਨਾ ਹੋਵੇ, ਇਹ ਛੱਪੜ ਵੀ ਦੂਰ ਚਲਾ। ਮੈਂ ਸਰਪੰਚ ਨੂੰ ਵੀ ਇਹ ਗੱਲ ਆਖੀ, ਭਾਅ ਜੀ ਚਾਰ ਦੀਵਾਰੀ ਕਰ ਦਿਓ। ਸਰਪੰਚ ਕਹਿੰਦਾ ਮੈਂ ਚਾਰ ਦੀਵਾਰੀ ਕਰਾ ਦਾਂਗਾ, ਕਢਾਉਣ ਦਾ ਨਾਲ ਹੀ ਕਢਾ ਦਾਂਗਾ। ਸਵੇਰ ਦਾ ਸਰਪੰਚ ਖੁੱਲਾ ਛੱਪੜ ਪਿਆ ਜੀ ਸਰਪੰਚ ਨੂੰ, ਕੱਲ ਦਾ ਫੋਨ ਲਾਈ ਇਹਨਾਂ, ਸਾਡਾ ਫੋਨ ਹੀ ਨਹੀਂ ਚੱਕਿਆ ਸਰਪੰਚ ਨੇ ਸਾਡਾ, ਕੱਲ ਦਾ ਨਾ ਸਰਪੰਚ ਆ ਕੇ ਵੇਖਿਆ ਕਿਸੇ ਨੇ ਛੱਪੜ ਨੇ, ਨਾ ਮੇਰੇ ਬੱਚੇ ਦੀ ਲਾਸ਼ ਤੱਕ ਨਹੀਂ ਕਿਸੇ ਸਰਪੰਚ ਨੇ ਵੇਖੀ, ਆ ਕੇ ਜੀਵਦਾ ਜ ਮਰ ਗਿਆ। ਬਾਹਰ ਨਿਕਲਣਾ ਸਾਹਮਣੇ ਮੈਨੂੰ ਬੂਹੇ ਲੱਗੇ, ਬੇਟਾ ਮੇਰੇ ਦੇਖਦਾ ਵੀ ਡਿੱਗਦਾ ਪਿਆ। ਮੇਰੀ ਇਹੀ ਮੰਗ ਵੀ ਛੱਪੜ ਦੂਰ ਹੋਣਾ ਚਾਹੀਦਾ ਭਾਜੀ। ਹਾਂਜੀ ਸਰ, ਤੁਸੀਂ ਜਿਹੜਾ ਦੇਖਿਆ ਬੱਚਾ ਡਿੱਗਿਆ ਸੀਗਾ, ਕੀ ਰਿਪੋਰਟ? ਰਿਪੋਰਟ ਜੋ ਇਹਨਾਂ ਖੱਡ ਦੇ ਵਿੱਚ ਡੁੱਬ ਕੇ ਮਰਿਆ ਬੱਚਾ, ਉਹਦੀ ਜੋ ਵੀ ਕਾਰਵਾਈ ਬਣੇਗੀ ਅਸੀਂ ਕਰਾਂਗੇ। ਕੀ ਕਹਿ ਰਿਹਾ ਪਰਿਵਾਰ? ਪਰਿਵਾਰ ਕਹਿੰਦੇ ਵੀ ਅਸੀਂ ਕਾਰਵਾਈ ਕਰਾਉਣੀ ਚਾਹੁੰਦੇ ਹਾਂ। ਡਿੱਗਿਆ ਕਿੱਥੇ? ਹਾਂਜੀ ਡਿੱਗਿਆ ਕਿੱਥੇ ਬੱਚਾ? ਡਿੱਗ ਅੱਗੇ ਇੱਕ ਛੱਪੜ ਬਣਾਇਆ ਇਹਨਾਂ ਨੇ, ਉਹਦੇ ਵਿੱਚ ਡਿੱਗਾ। ਛੱਪੜ ਕਿੰਨਾ ਦਾ? ਛੱਪੜ ਸਰਪੰਚ ਦੇ ਨੰਬਰਦਾਰ ਨੇ ਕਹਿੰਦੇ ਰਲ ਕੇ ਬਣਾਇਆ, ਤੇ ਇੱਕ ਪ੍ਰਦੀਪ ਸਿੰਘ ਹੈਗਾ। ਬੱਚਾ ਕਿੰਨੀ ਕੁ ਉਮਰ ਦਾ? ਕਿੰਨੇ ਸਾਲ ਦਾ? 10 ਸਾਲ ਦਾ। ਹਾਂਜੀ ਬਹੁਤ ਹੋ ਗਈ। ਹਾਂਜੀ ਹੁਣ ਅਗਲੀ ਕਾਰਵਾਈ ਜੋ ਬਣਦੀ ਉਹ ਕਰਾਂਗੇ ਜੀ। ਕੀ ਨਾਮ ਤੁਹਾਡਾ? ਏਐਸਏ ਬਿੰਦਰ ਸਿੰਘ ਜੀ।